NRI वीर जिहड़े परदेसां विच रहिंदे ने सिर्फ पैसे टके की मदद नहीं करते, सिर्फ पैसे टके की मदद नहीं करते, कौम लई जान तली ते धर के शहीदी पाउण नूं तरसदे भी ने, कौम लई जान तली ते धर के शहीदी पाउण नूं तरसदे भी ने। चंगा होया ये काले कानूनां दा तूफान आया, नहीं तां दिल्ली नूं पता ही नहीं सी लगना कि पंजाब दे नौजवान सिर्फ गजदे ही नहीं ये बरसदे भी ने। पीवती नवांशहर देख रहे हो, मैं तुहाडा अपना परिवारक मैंबर दिनेशुरी, तुहानूं पता है कि साडी ड्यूटी लगी है, जिहड़ा भी जत्था नवांशहर एरिए चों दिल्ली वल नूं कूच करदा सी उहनां नूं रूबरू करदे रहिंदे, विचारां दी सांझ पाउंदे रहिंदे आ। इस समय भी ITI दे बिल्कुल सामने स्मार्ट सुपर स्टोर जिथे धरना लग्गा उत्थे खड़े हाँ, और नौजवान वीर जिहड़े चौथी बार दिल्ली वल नूं कूच करनगे, इन्हां ने फॉगिंग की सेवा संभाली हुई है। हर एक बंदे ने अपने आप ही उपराला कर रहा, सेवा संभाल रहा है। और साडे नाल नौजवान वीर, मैं पहला शेरगिल साहब नूं बुलाना चाहूँगा, ये सरपंच भी ने और चौथी बार जिवें पहला दस्सिया चले ने, फॉगिंग की सेवा निभाउंदे ने। वीर जी होर भी ने जिहड़े ओपरेट करदे ने, सारे ने किक करके मुलाकात करावांगा। पहला शेरगिल साहब का स्वागत, बहुत निघा स्वागत है जी। सब तो पहला तो PV32 चैनल देख रहे सारे स्रोतों नूं मेरे वल्लों निघी जी आयां नूं जी, वाहिगुरू जी का खालसा, श्री वाहिगुरू जी की फतेह। सो साडा पिंड झिंगणा जिला नवांशहर दे विच जो कि स्थित आ, मैं सरपंच जगविंदर सिंह शेरगिल पिंड झिंगणा तो जी, अज असी चौथी बार जिहड़े आ किसान मोर्चा दिल्ली विखे लगा होया, उत्थे चौथा मोर्चा जिहड़ा साडा इस टाइम जा रहा डेली, असी उत्थे जदों भी जाने आ 11 to 12 kilometers की जिहड़ी फॉगिंग मशीन आ उहनूं आपां नाल लैके 11 to 12 kilometers तुर के पैदल आपां उत्थे सेवा करदे आ। तुर के भी करदे हो, मेरे सुनण च वी आ कि साइकिल भी रख्या होया। हां जी, पहला जदों असी पहले ते दूजे जथे विच गए सीगे जी सूरी साहब, ਉਦੋਂ ਅਸੀਂ ਮਸ਼ੀਨ ਨੂੰ ਚੱਕ ਕੇ ਜਿਹੜਾ ਇਹ ਸਪਰੇਅ ਕਰਦੇ ਹੁੰਦੇ ਸੀ, ਉਸ ਟਾਈਮ ਸਾਨੂੰ ਕੁਛ ਕਠਿਨਾਈਆਂ ਦਾ ਵੀ ਸਾਹਮਣਾ ਕਰਨਾ ਪਿਆ, ਕਿਉਂਕਿ ਜਿਹੜੀ ਮਸ਼ੀਨ ਦਾ ਵਜ਼ਨ ਆ 25 to 30 kilos ਵਜ਼ਨ ਆ ਜੀ, ਉਹ ਚੱਕ ਕੇ ਤੁਰਨਾ ਵੀ ਬੜਾ ਔਖਾ ਹੋ ਜਾਂਦਾ। ਅਸੀਂ 4 to 5 kilometers ਹੀ ਤੁਰ ਕੇ ਜਿਹੜਾ ਆਪਾਂ ਮਾਰ ਸਕਦੇ ਸੀਗੇ। ਉਹ ਤੋਂ ਬਾਅਦ ਅਗਲੇ ਜਥੇ, ਤੀਜੇ ਜਥੇ ਵਿੱਚ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਕਿਉਂ ਨਾ ਇਹਨੂੰ ਆਪਾਂ ਸਾਈਕਲ 'ਤੇ ਫਿੱਟ ਕਰਕੇ ਇਹੋ ਜਿਹਾ ਜਗਾੜ ਬਣਾ ਕੇ ਲੈ ਕੇ ਚੱਲੀਏ, ਤਾਂ ਜੋ ਆਪਾਂ ਪੈਦਲ ਮਾਰ ਸਕੀਏ, ਆਪਾਂ ਨੂੰ ਜਿਹੜਾ ਚੁੱਕਣ ਦਾ ਜਿਹੜਾ ਵਜ਼ਨ ਆ ਉਹ ਨਾ ਆਪਣੇ 'ਤੇ ਪੈ ਸਕੀਏ, ਆਪਾਂ ਬਹੁਤ ਸੌਖੇ ਤਰੀਕੇ ਦੇ ਨਾਲ ਮਾਰੀਏ। ਫਿਰ ਅਸੀਂ ਤੀਜੇ ਜਥੇ ਵਿੱਚ ਜਾ ਕੇ 11 to 12 kilometers ਜਿਹੜਾ ਆ ਇਹਦੀ ਫੋਗਿੰਗ ਕੀਤੀ ਆ, ਡੇਲੀ ਆਪਾਂ ਕਰਦੇ ਰਹੇ ਹਾਂ। ਹੁਣ ਆਪਾਂ ਚੌਥੇ ਜਥੇ ਵਿੱਚ ਵੀ ਜਾ ਕੇ ਘੱਟੋ ਘੱਟ 10 to 15 days ਉੱਥੇ ਰਵਾਂਗੇ ਅਤੇ ਡੇਲੀ ਫੋਗਿੰਗ ਕਰਾਂਗੇ 11 to 12 kilometers। ਹਾਂ, ਇਹ ਕਹਿਣ ਦਾ ਭਾਵ ਇਹ ਹੈ ਕਿ ਕਾਲੇ ਕਾਨੂੰਨ ਵਾਪਸ ਆਉਣ ਨੂੰ ਕੱਲ੍ਹ ਹੋ ਜਾਣ, ਲੇਕਿਨ ਜਦ ਤੱਕ ਨਹੀਂ ਹੁੰਦਾ ਇਹ ਫੋਗਿੰਗ ਦੀ ਜ਼ਿੰਮੇਵਾਰੀ ਚੱਕਦੇ ਨੇ। ਔਰ ਇੱਕ ਚੀਜ਼ ਹੋਰ ਬੜੀ ਚੰਗੀ ਹੈ, ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਵਾਪਸ ਆਉਣ ਦਾ ਕਾਰਨ ਵੀ ਇਹ ਬਣਦਾ ਕਿ ਮਸ਼ੀਨ ਦੀ ਸਰਵਿਸ ਕਰਨੀ ਪੈਂਦੀ ਆ, ਉਹ ਵੀ ਜ਼ਰਾ ਵੇਰਵਾ ਦੇ ਦਿਓ। ਮਸ਼ੀਨ ਦੀ ਇੱਕ ਤਾਂ ਸਰਵਿਸ ਕਰਨੀ ਪੈਂਦੀ ਆ, ਕੁਛ ਹੋਰ ਵੀ ਤਕਨੀਕੀ ਜਿਹੜੀਆਂ ਖਰਾਬੀਆਂ ਆ ਜਾਂਦੀਆਂ ਉਹਨੂੰ ਠੀਕ ਕਰਨ ਦੇ ਲਈ, ਜਿਹੜਾ ਸਾਡਾ ਸਾਈਕਲ ਉਹ ਤਾਂ ਬਿਲਕੁਲ ਉੱਥੇ ਹੀ ਅਵੇਲੇਬਲ ਹੈ ਜੀ, ਉੱਥੇ ਰੱਖਿਆ ਹੋਇਆ, ਅਤੇ ਮਸ਼ੀਨ ਜਿਹੜੀ ਇਹ ਆਪਾਂ ਸਰਵਿਸ ਕਰਨ ਲਈ ਇੱਥੇ ਲੈ ਕੇ ਆਏ ਸੀਗੇ। ਹੁਣ ਜਿੰਨਾ ਟਾਈਮ ਧਰਨਾ ਨਹੀਂ ਸਮਾਪਤ ਹੁੰਦਾ, ਅਸੀਂ ਤਾਂ ਚਲੋ ਚਾਹੁੰਦੇ ਹਾਂ ਵੀ ਮੋਦੀ ਸਾਹਿਬ ਦੇ ਅੱਗੇ ਵੀ ਕਿਸਾਨ ਭਰਾ ਵੀ ਬੇਨਤੀ ਕਰਦੇ ਆ ਵੀ ਇੱਕ ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਲੈ ਲੈਣ, ਕਿਉਂ ਸਾਡੀਆਂ ਮਾਤਾਵਾਂ ਜਿਹੜੀਆਂ 80 years ਦੀਆਂ ਵਿਚਾਰੀਆਂ ਉੱਥੇ ਬੈਠੀਆਂ, ਸਾਡੇ ਜਿਹੜੇ ਆ ਬਜ਼ੁਰਗ ਉੱਥੇ ਬੈਠੇ ਨੇ, ਯੂਥ ਨੇ ਬੜਾ ਸਾਥ ਦਿੱਤਾ, ਅਸੀਂ ਤਾਂ ਚਾਹੁੰਦੇ ਪਏ ਜਿਹੜੇ ਕਾਲੇ ਕਾਨੂੰਨ ਕੱਲ੍ਹ ਨੂੰ ਵਾਪਸ ਲੈ ਲੈਣ ਅਤੇ ਜਿਹੜੇ ਕਿਸਾਨ ਭਰਾ ਆਪੋ ਆਪਣੇ ਘਰਾਂ ਨੂੰ ਪਰਤਣ। ਪਰ ਜੇਕਰ ਜੋ ਕਾਨੂੰਨ ਆ ਵਾਪਸ ਨਹੀਂ ਲੈਂਦੇ, ਉਹਨਾਂ ਟਾਈਮ ਤੱਕ ਅਸੀਂ ਉੱਥੇ ਸੇਵਾ ਕਰਦੇ ਰਹਾਂਗੇ। ਸਾਡੀ ਜਿਹੜੀ ਯੂਥ ਟੀਮ ਆ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਜਿਹੜੀ ਖੜੀ ਵਾ, ਅਤੇ ਸਾਡੇ ਜਿਹੜੇ NRI ਭਰਾ ਆ ਉਹ ਸਾਡੇ ਸਾਥ ਦਿੰਦੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਹੁਣ ਅਸੀਂ 11 to 12 or 15 days ਲਈ ਉੱਥੇ ਹਾਂ, ਪਰ ਹੋ ਸਕਦਾ ਜਦ ਤੇ ਧਰਨਾ ਹੋਰ ਜੇ ਚੱਲਿਆ ਤਾਂ ਅਸੀਂ ਉੱਥੇ ਜਿਹੜੀ ਸੇਵਾ ਕਰਾਂਗੇ ਜੀ। ਚਲੋ, ਮੈਂ ਹੋਰ ਵੀਰ ਜਿਹੜੇ ਸਾਡੇ ਭਰਾ ਇੱਥੇ ਮੌਜੂਦ ਉਹਨਾਂ ਨੂੰ ਮਿਲਾਉਣਾ ਚਾਹੁੰਗਾ। ਬਾਈ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਵਿਜੇ ਕੁਮਾਰ ਹੈ। ਵਿਜੇ ਕੁਮਾਰ, ਤੁਸੀਂ ਵੀ ਚੌਥੀ ਵਾਰ ਚੱਲੇ ਹੋ? ਨਹੀਂ, ਮੈਂ ਪਹਿਲੀ ਵਾਰ ਜਾ ਰਿਹਾ ਜੀ। ਚਲੋ, ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ, ਪਰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟੀਮਾਂ ਬਣੀਆਂ ਹੋਈਆਂ ਨੇ, ਇੱਕ ਜੱਥਾ ਆ ਜਾਂਦਾ, ਦੂਜਾ ਜੱਥਾ ਚਲੇ ਜਾਂਦਾ। ਬਾਈ ਜੀ, ਤੁਹਾਡਾ ਨਾਮ ਕੀ ਹੈ? ਜਸਵੀਰ ਸਿੰਘ ਜੀ। ਤੁਸੀਂ ਵੀ ਚੌਥੀ ਵਾਰ ਚੱਲੇ? ਦੂਜੀ ਵਾਰ ਚੱਲੇ ਹੋ। ਆਪਣੇ ਆਪ 'ਚ ਸ਼ਲਾਘਾ, ਪਹਿਲੀ ਵਾਰ ਦੂਜੀ ਵਾਰ ਜਾਣਾ, ਹਰ ਇੱਕ ਗੱਲ ਆਪਣੇ ਵਾਰ 'ਚ ਸ਼ਲਾਘਾ ਹੈ। ਪਹਿਲੀ ਵਾਰ ਜਦੋਂ ਗਏ ਸੀਗੇ ਉਦੋਂ ਮਾਹੌਲ ਕੀ ਦੇਖਿਆ ਸੀ ਔਰ ਮਨ 'ਚ ਮਹਿਸੂਸ ਕੀ ਹੋਇਆ ਸੀ? ਬਸ ਇਹੀ ਹੈ ਜੀ, ਕਾਨੂੰਨ ਸਾਰੇ ਆਪਣੇ ਸਾਡੇ ਹੱਕ 'ਚ ਆ ਜਾਣਾ, ਇਹੀ ਦੁਆ ਕਰਦੇ ਹਾਂ ਰੱਬ ਅੱਗੇ ਜੀ। ਇਹ ਉੱਥੇ ਜਿਹੜੇ ਬਾਬੇ ਆ, ਮੈਂ ਜਦੋਂ ਗਿਆ ਸੀਗਾ, ਬਾਬੇ ਕਹਿੰਦੇ ਸੀ ਕਿ ਆਹ ਪਈ ਆ ਦਿੱਲੀ, ਜਿੱਤ ਕੇ ਹੀ ਜਾਣੇ ਆ, ਮੋਦੀ ਜੀ ਇੱਕ ਪੈਰ ਪਛਾਣ ਨਹੀਂ ਕਰਦਾ ਤੇ ਇੱਕ ਪੈਰ ਅਸੀਂ ਵੀ ਪਛਾਣ ਨਹੀਂ ਕਰਨਾ, ਔਰ ਆਪਾਂ ਆਪਣੇ ਹੱਕ ਸੱਚ ਲਈ ਲੜ ਰਹੇ ਆ, ਕੋਈ ਕਿਸੇ ਦਾ ਹੱਕ ਮਾਰਨ ਦੀ ਗੱਲ ਨਹੀਂ ਕਰ ਰਹੇ। ਉੱਥੇ ਤਾਂ ਹੁਣ ਆਪਾਂ ਦੁਆਬੇ 'ਚ ਰਹਿੰਦੇ ਹਾਂ, ਮਾਝੇ ਮਾਲਵੇ ਦੇ ਬਜ਼ੁਰਗਾਂ ਨੂੰ ਮਿਲਦੇ ਹਾਂ, ਉਹ ਕਿਹੋ ਜਿਹਾ ਤਜਰਬਾ ਹੈ? ਦੇਖੋ ਜੀ, ਸਾਰੇ ਜਿੱਕ ਪਿਆਰ ਪਿਆ ਆ, ਇਹ ਨਿਮਰਤਾ ਨਾਲ ਸਾਰੇ ਰਹਿੰਦੇ ਆ ਜੀ, ਇੱਥੇ ਵਿੱਚ ਕੋਈ ਭੇਦਭਾਵ ਵਾਲੀ ਉੱਥੇ ਗੱਲ ਨਹੀਂ ਦਿਸਦੀ ਹੈਗੀ। ਮੈਂ ਸਿਮਰਨ ਸਿੰਮੀ ਨੇ ਨਵੇਂ ਸ਼ਹਿਰ ਤੋਂ ਇੱਕ ਲੇਡੀ ਇੱਥੇ ਗਏ ਸੀਗੇ, ਇੱਕ ਜੱਥਾ ਲੈ ਕੇ ਰਵਾਨਾ ਹੋਈ ਸੀ, ਉਹ ਕਹਿੰਦੇ ਕਿ ਨੌਜਵਾਨਾਂ ਦੀ ਅੱਖ ਵਿੱਚ ਜਿਹੜਾ ਭੈਣਾਂ ਲਈ ਸਤਿਕਾਰ ਦੇਖਦੀਆਂ ਉਹ ਬਹੁਤ ਸ਼ਲਾਘਾਯੋਗ ਹੈ। ਆਪ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਨੇ ਕਿ ਭੈਣ ਜੀ ਰੋਟੀ ਖਾ ਕੇ ਹੀ ਜਾਣਾ, ਚਾਹ ਪੀ ਕੇ ਜਾਣੀ ਆ, ਉਹਨੂੰ ਕਿਵੇਂ ਦੇਖਦੇ? ਹਾਂਜੀ, ਸਾਰੇ ਗੱਲ ਇਹ ਜੀ, ਕੋਈ ਮਾੜੀ ਨਿਗਾਰ ਨਹੀਂ ਦੇਖਦਾ, ਚਾਹੇ ਕੋਈ ਆਪਣੀ ਵੱਡਿਆਂ ਨੂੰ, ਮਾਵਾਂ ਨੂੰ, ਭੈਣਾਂ ਵਾਂਗੂ ਇੱਕੋ ਨਿਗਾਰ ਨਾਲ ਸਾਰੇ ਦੇਖਦੇ ਜੀ ਉੱਥੇ। ਚਲੋ, ਬਹੁਤ ਚੰਗੀ ਗੱਲ ਹੈ ਵੀਰ ਜੀ।
ਸਾਡੇ ਨਾਲ ਹੋਰ ਭਾਈ ਸਾਹਿਬ ਮੌਜੂਦ ਨੇ। ਭਾਈ ਸਾਹਿਬ ਆਪਣਾ ਇੱਕ ਵਾਰੀ ਨਾਮ ਦੱਸ ਦਿਓ ਜੀ। ਸੰਦੀਪ ਸਿੰਘ ਜੀ, ਤੁਸੀਂ ਪਹਿਲਾਂ ਵੀ ਜਾ ਚੁੱਕੇ ਹੋ, ਪਹਿਲੀ ਵਾਰ ਚੱਲਿਓ? ਨਹੀਂ ਭਾਅ ਜੀ, ਆਪਾਂ ਜਾ ਆਏ ਤਿੰਨ ਵਾਰ। ਤਿੰਨ ਵਾਰ ਜਾਇਓ, ਹੁਣ ਚੌਥੀ ਵਾਰ ਚੱਲਿਓ। ਤੁਹਾਡਾ ਜਿਹੜਾ ਉੱਥੇ ਦਾ ਤਜਰਬਾ ਜਾਂ ਓਬਜ਼ਰਵੇਸ਼ਨ ਕੀ ਰਹੀ ਹੈ? ਜਿਵੇਂ ਮੈਂ ਇਹਨਾਂ ਨਾਲ ਗੱਲ ਕੀਤੀ ਆ ਕਿ ਭੈਣਾਂ ਨੂੰ ਬਹੁਤ ਮਾਣ ਸਤਿਕਾਰ ਮਿਲ ਰਿਹਾ, ਔਰ ਇੱਥੇ ਕਈ ਭੈਣਾਂ ਤਾਂ ਇਹੋ ਜਿਹੀਆਂ ਜਿਹਨਾਂ ਨੂੰ ਲੰਗਰ ਦੀਦੀ ਕਹਿ ਕੇ ਵੀ ਪਹਿਚਾਣ ਬਣ ਚੁੱਕੀ ਹੈ, ਔਰ ਖੁਦ ਭਰਾਵਾਂ ਨੂੰ ਫੋਨ ਕਰਦੀਆਂ ਨੇ, ਵਟਸਐਪ 'ਤੇ, ਫੇਸਬੁੱਕ 'ਤੇ ਸਟੇਟਸ ਪਾਉਂਦੀਆਂ ਨੇ ਕਿ ਜਿਹਨੂੰ ਵੀ ਭੁੱਖ ਲੱਗਦੀ ਹੈ ਭੈਣਾਂ ਆਪਣੀ ਭੈਣ ਕੋਲ ਆ ਸਕਦੇ ਨੇ। ਔਰ ਜਾਂ ਤੁਹਾਡਾ ਫੋਗਿੰਗ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਜੋ ਵੀ ਡਿਟੇਲ ਤੁਸੀਂ ਦੇਣਾ ਚਾਹੁੰਦੇ ਜ਼ਰੂਰ ਦਿਓ। ਜ਼ਿਆਦਾ ਤਾਂ ਆਪਾਂ ਦੇ ਨਹੀਂ ਸਕਦੇ, ਵਧੀਆ ਰਿਹਾ ਮੇਨ, ਅਤੇ ਬਾਕੀ ਸਾਰੇ ਸੰਘਰਸ਼ ਲੈ ਜਾਂਦੇ ਆ, ਜਿੰਨਾ ਸਭ ਤੋਂ ਜ਼ਿਆਦਾ ਹੁੰਦਾ ਉਨਾ ਕਹੀ ਜਾਈਦਾ। ਚਲੋ ਇੱਕ ਵੈਸੇ ਸਵਾਲ ਪੁੱਛ ਲੈਣਾ, ਕਈ ਵੇਲੇ ਨਾ ਜਿਹੜੇ ਇੱਥੇ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਸਟੇਜਾਂ ਤੋਂ ਵੀ ਬੋਲਿਆ ਜਾਂਦਾ ਕਿ ਜੀ ਉੱਥੇ ਤਾਂ ਗੋਲੀ ਚੱਲ ਜਾਊ ਜਾਂ ਉੱਥੇ ਤਾਂ ਬੈਰੀਗੇਡ ਲੱਗ ਕੇ ਆਰਮੀ ਆ ਜਾਣੀ ਆ, ਅਫਵਾਹਾਂ ਫੈਲਾਉਂਦੇ ਨੇ। ਮੈਂ ਕਲੀਅਰ ਕਰ ਦੇਵਾਂ, ਅਫਵਾਹਾਂ ਨੇ ਇਹ, ਉਹਦੇ ਤੋਂ ਕਦੀ ਡਰ ਤਾਂ ਨਹੀਂ ਲੱਗਦਾ ਚੌਥੀ ਵਾਰ ਚੱਲਿਓ? ਨਾ ਭਾਅ ਜੀ, ਡਰ ਕਾਹਦਾ, ਸਾਰੇ ਉੱਥੇ ਆਪਣੇ ਬਜ਼ੁਰਗ ਵਾ, ਭਰਾ ਆ, ਭੈਣਾਂ ਆ, ਡਰ ਨਹੀਂ ਉੱਥੇ ਤਾਂ, ਸਗੋਂ ਬੰਦੇ ਦਾ ਜੋਸ਼ ਹੋਰ ਆ ਜਾਂਦਾ ਦੇਖ ਕੇ ਉਹਨਾਂ ਨੂੰ। ਜਿਹੜੇ ਉੱਥੋਂ ਮੁੜ ਕੇ ਉਹ ਕਹਿੰਦੇ ਹੁਣ ਸਰੀਰ ਹੀ ਇੱਥੇ ਆ ਨਾ, ਸੋਚ ਉੱਥੇ ਹੀ ਰਹਿੰਦੀ ਆ, ਉੱਥੇ ਰਹਿੰਦੀ ਆ ਜੀ। ਚਲੋ ਬਹੁਤ ਸ਼ੁਕਰੀਆ ਬਾਈ ਜੀ, ਉਹਨਾਂ ਦੇ ਵਿਚਾਰ ਬੜੇ ਨੇਕ ਨੇ, ਪਰ ਕਈ ਵੇਲੇ ਕੈਮਰੇ ਮੂਹਰੇ ਸਾਰੇ ਪਰਹੇਜ਼ ਕਰ ਜਾਂਦੇ ਨੇ। ਇਹ ਵੀਰ ਜੀ ਨੇ ਜਿਹੜੇ ਇਹਦੇ ਓਪਰੇਟਰ ਨੇ, ਬਾਈ ਜੀ ਬਹੁਤ ਨਿੱਘਾ ਸਵਾਗਤ ਹੈ ਔਰ ਬਹੁਤ ਸ਼ਲਾਘਾ ਕਰਦੇ, ਬਹੁਤ ਤਾਰੀਫ ਬਣਦੀ ਹੈ ਕਿ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ। ਥੈਂਕ ਯੂ ਜੀ ਭਾਅ ਜੀ, ਥੈਂਕ ਯੂ। ਆਪਣਾ ਨਾਮ ਦੱਸ? ਗੁਰਜੀਤ ਸਿੰਘ ਹੈ ਜੀ। ਗੁਰਜੀਤ ਸਿੰਘ, ਹਾਂਜੀ, ਥੋੜਾ ਮਸ਼ੀਨ ਬਾਰੇ ਵੇਰਵਾ ਦਿਓ ਕਿ ਇਹਨੂੰ ਕਿਵੇਂ ਓਪਰੇਟ ਕਰਦੇ ਹੋ। ਓਪਰੇਟ ਭਾਅ ਜੀ ਇਹਦਾ ਕਰਨਾ ਕੋਈ ਇੰਨਾ ਕੋਈ ਖਾਸ ਗੱਲ ਨਹੀਂ ਹੈ, ਸਿਰਫ ਸੌਖਾ ਤਰੀਕਾ ਹੈ ਜੀ। ਸਾਡੇ ਪੈਟਰੋਲ ਪੈਂਦਾ ਇਹਦੇ ਵਿੱਚ, 1 ਲੀਟਰ ਪੈਂਦਾ ਜਿਹੜਾ ਕਿ ਇੰਜਨ ਨੂੰ ਓਪਰੇਟ ਕਰਦਾ, ਅਤੇ ਸਾਡੇ ਕੋਲ 4 ਲੀਟਰ ਇਹਦੇ ਵਿੱਚ ਡੀਜ਼ਲ ਪੈਂਦਾ, ਜਿਹੜਾ ਕਿ ਇਹਦੀ ਕਪੈਸਿਟੀ ਜਿਹੜੀ 4 ਲੀਟਰ ਦੀ ਆ ਉਹ ਪੂਰਾ ਫੁੱਲ ਕਰਕੇ ਉਹਦੇ ਵਿੱਚ 20 ml ਜਿਹੜੀ ਆ ਦਵਾਈ ਪੈਂਦੀ ਆ ਆਪਣੀ ਮੱਖੀ ਮੱਛਰ ਦੀ, ਠੀਕ ਹੈ ਜੀ। ਇਹਦਾ ਓਪਰੇਟ ਕਰਨ ਦਾ ਕੋਈ ਖਾਸ ਕੁਛ ਨਹੀਂ ਹੈਗਾ, ਅਸੀਂ ਹੈਵੀ ਬਹੁਤ ਲੱਗਦੀ, ਹਾਂ ਹੈਵੀ ਹੈਗੀ ਆ ਇਹ, 30-35 ਕਿਲੋ ਦਾ ਭਾਰ ਹੋ ਜਾਂਦਾ। ਅਸੀਂ ਜਦੋਂ ਕਰੋਨਾ ਵਾਇਰਸ ਦਾ ਟਾਈਮ ਵੀ ਸੀਗਾ ਉਦੋਂ ਵੀ ਅਸੀਂ ਪਿੰਡ ਦੇ ਵਿੱਚ ਜਿੱਦਾਂ ਮੋਢੇ ਦੇ ਉੱਪਰ ਹੀ ਕੀਤੀ, ਕਿਉਂਕਿ ਸਾਡਾ ਹੁਣ ਪਿੰਡ ਦੇ ਵਿੱਚ ਤਾਂ ਚਲੋ ਠੀਕ ਥੋੜ੍ਹਾ ਥਾਂ ਆ, ਪਰ ਹੁਣ ਇੱਥੇ ਜਦੋਂ ਅਸੀਂ ਫਸਟ ਟਾਈਮ ਗਏ ਸੀਗੇ, ਉਹਨੀ ਸਰਪੰਚ ਸਾਹਿਬ ਉਹਨਾਂ ਨੇ ਵੀ ਮੋਢੇ ਦੇ ਉੱਪਰ ਚਲਾਈ ਆ, ਪਰ ਔਖਾ ਹੋ ਗਿਆ ਜੀ। ਫਿਰ ਜਦੋਂ ਸੈਕਿੰਡ ਟਾਈਮ ਹੁਣ ਲਾਸਟ ਟਾਈਮ ਅਸੀਂ ਗਏ ਸੀਗੇ, ਉਦੋਂ ਫਿਰ ਅਸੀਂ ਸਾਈਕਲ ਦਾ ਇਸੇ ਕਰਕੇ ਇੰਤਜ਼ਾਮ ਕੀਤਾ ਸੀਗਾ ਕਿ ਉਹ ਚੱਲੀ ਜਾਵੇ ਸਾਈਕਲ ਦੇ ਉੱਪਰ, ਫਿਰ ਥੋੜ੍ਹਾ ਜਿਹਾ ਸਾਨੂੰ ਉਹਨਾਂ ਚਲਾਉਣਾ ਸੌਖਾ। ਲਾਸਟ ਟਾਈਮ ਅਸੀਂ ਅਬਾਊਟ 32 ਕਿਲੋਮੀਟਰ ਅਸੀਂ ਬਾਟ ਅਪ ਡਾਊਨ ਕੱਢੀ ਆ, ਅਤੇ ਅਸੀਂ ਉਸ ਉਹ 2-3 ਰਾਤਾਂ ਅਸੀਂ ਉੱਥੇ ਕੀਤੀਆਂ, ਅਤੇ ਪਰ ਉੱਥੇ ਗੰਦਗੀ ਦਾ ਜਿਹੜਾ ਆ ਆਪਣਾ ਥੋੜ੍ਹਾ, ਹਾਂਜੀ, ਬਹੁਤ ਜ਼ਿਆਦਾ ਹੋ ਗਿਆ। ਇੱਕ ਜਿਸ ਜਗ੍ਹਾ ਦੇ ਉੱਪਰ ਸਾਰੇ ਕਿਸਾਨ ਬੈਠੇ ਆ, ਉਹਦੇ ਕੋਲ ਦੀ ਜਿਹੜਾ ਨਾਲਾ ਲੰਘਦਾ ਨਾ, ਉਹਦੇ ਉਹ ਵੀ ਕਵਰ ਅਪ ਨਹੀਂ ਹੋਇਆ ਹੈਗਾ, ਉਹਦੇ ਵਿੱਚ ਵੀ ਗੰਦਗੀ ਦਾ ਬਹੁਤ ਆ, ਉਹਦੇ ਕਰਕੇ ਫਿਰ ਸਾਰਿਆਂ ਨਾਲੋਂ ਮੇਰੇ ਖਿਆਲ ਨਾਲ ਵਧੀਆ ਸੇਵਾ ਸਾਡੇ ਲਈ ਇਹੀ ਸੀਗੀ। ਨਿਵੇਕਲੀ ਵੀ, ਹਾਂਜੀ ਹਾਂਜੀ, ਅਤੇ ਇੱਕ ਉੱਥੇ ਹੋਰ ਹੈ ਵੀ ਹੈ ਨਹੀਂ ਜੀ ਕੋਈ, ਨਹੀਂ ਇਹ ਚੀਜ਼ ਅਸੀਂ ਵੀ ਜਦੋਂ ਉੱਥੇ ਗਏ ਸੀ ਸੋਚੀ ਸੀ, ਪਰ ਇਹ ਉਪਰਾਲਾ ਆਪਣੇ ਵਿੱਚ ਬਹੁਤ ਸ਼ਲਾਘਾ ਯੋਗ ਹੈ, ਬਹੁਤ ਐਪਰੀਸ਼ੀਏਸ਼ਨ ਬਣਦੀ ਆ, ਬਹੁਤ ਤਾਰੀਫ ਬਣਦੀ ਆ। ਜਿਵੇਂ ਤੁਸੀਂ ਦੇਖ ਵੀ ਸਕਦੇ ਬਾਈ, ਉਹਨਾਂ ਦਾ ਸਰੀਰ ਵੀ ਬੜਾ ਸਡੋਲ ਹੈ, ਪਰ ਕਿਤੇ ਨਾ ਕਿਤੇ ਤਾਂ ਬੰਦਾ ਥੱਕਦਾ ਹੋਊਗਾ ਨਾ? ਜਦੋਂ ਜੋਸ਼ ਭਰ ਜਾਂਦਾ, ਨਹੀਂ ਨਹੀਂ ਜੋਸ਼ ਤਾਂ ਭਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਜਿਹੜਾ ਸਰੀਰ ਆ ਉਹ ਥੱਕਣਾ ਤਾਂ ਹੈਗਾ ਹੀ ਆ, ਆਪਾਂ ਵੀ ਹਿਊਮਨ ਬੀਂਗ ਆ ਜੀ। ਹਾਂਜੀ, ਜਦੋਂ ਅਸੀਂ ਫਸਟ ਟਾਈਮ ਗਏ ਸੀ ਉੱਥੇ ਸਰਪੰਚ ਸਾਹਿਬ ਉਹਨਾਂ ਕੋਲੋਂ ਬਹੁਤ ਜਾਣਿਆਂ ਨੇ ਪੁੱਛਿਆ ਕਿ ਆਪਾਂ ਵੀ ਗੈਸ ਵਾਲੇ ਅਥਰੂ ਜਾਂ ਕੁਛ ਇੱਦਾਂ ਦੀ ਸੁੱਟਣ ਦੇ ਲਈ ਲੈ ਕੇ ਆਏ, ਕਿਉਂਕਿ ਹਲੇ ਇਹ ਚੀਜ਼ ਨਵੀਂ ਆ, ਕਿਸੇ ਨੂੰ ਨਹੀਂ ਪਤਾ ਹੈਗਾ। ਹਾਂਜੀ ਹਾਂਜੀ, ਇਸ ਕਰਕੇ ਸਾਰਿਆਂ ਨੂੰ ਅਸੀਂ ਦੱਸੀਦਾ ਵੀ ਸਿਰਫ ਧੂੰਆਂ ਜਿੱਦਾਂ ਇਹਦਾ ਜਿਹੜਾ ਆ ਉਹ ਕਿਸੇ ਇਨਸਾਨ ਨੂੰ ਹਾਰਮ ਨਹੀਂ ਕਰਦਾ, ਕਿਉਂਕਿ ਅਸੀਂ ਆਪ ਚਲਾਉਂਦੇ ਹਾਂ, ਆਲਵੇਜ਼ ਇਹਦੇ ਨਾਲ ਰਹਿੰਦੇ ਹਾਂ, ਸਾਨੂੰ ਕੋਈ ਹਾਰਮ ਨਹੀਂ ਹੈਗਾ ਇਹਦਾ ਧੂੰਏ ਦਾ। ਕੁਛ ਲੋਕਾਂ ਨੂੰ ਹੈਗਾ ਆ, ਉਹ ਕਹਿੰਦੇ ਆ ਵੀ ਸਾਨੂੰ ਧੂੰਏ ਤੋਂ ਹਾਰਮ ਹੁੰਦਾ, ਪਰ ਇਹਦਾ ਕੋਈ ਹਾਰਮ ਨਹੀਂ ਹੈਗਾ। ਜਿਹੜਾ ਉਹੀ ਚੀਜ਼ ਪੁੱਛਣ ਵਾਲਾ ਸੀ ਕਿ ਕਿਸੇ ਨੂੰ ਹਾਰਮ ਨਾ ਕਰੇ, ਉਹਦੇ ਲਈ ਕੋਈ ਡਿਗਰੀ ਜਾਂ ਕੋਈ ML ਤੁਹਾਨੂੰ ਪੂਰੇ ਪ੍ਰੀਕੋਸ਼ਨਸ ਦਾ ਪਤਾ? 4 ਲੀਟਰ ਦੇ ਵਿੱਚ 20 ml ਜਿਹੜੀ ਆ ਉਹ ਪੈਂਦੀ ਆ ਆਪਣੀ ਦਵਾਈ, ਜਿਹੜੀ 20 ml ਆ ਉਹ ਕੋਈ ਹਾਰਮ ਨਹੀਂ ਕਰਦੀ ਹੈਗੀ। ਜੇ ਅਬਾਊਟ 100 ml ਦੇ ਵਿੱਚ ਆਪਾਂ ਪਾਉਂਦੇ ਹਾਂ ਜੀ, ਉਹ ਹਾਰਮ ਕਰ ਸਕਦੀ ਹੈ, ਉਹਦੇ ਵਿੱਚ ਹੈਗੇ ਆ ਚਾਂਸ, ਪਰ ਜੇ 20 ml ਆ ਉਹਦਾ ਕੋਈ ਕੋਈ ਕਾਰਨ ਨਹੀਂ। ਤੁਹਾਨੂੰ ਟੋਟਲ ਪ੍ਰੋਨਸ ਐਂਡ ਕੌਨਸ ਸਾਰੇ ਤੋਂ ਤੁਸੀਂ ਅਵੇਅਰ ਹੋ? ਹਾਂਜੀ ਹਾਂਜੀ ਹਾਂਜੀ, ਅਸੀਂ ਉਹ ਚੀਜ਼ ਪਹਿਲਾਂ ਸੋਚਿਆ, ਕਿਉਂਕਿ ਸਾਨੂੰ ਚਲਾਉਂਦੇ ਨੂੰ ਹੁਣ ਸਾਲ ਤੋਂ ਉੱਪਰ ਤਾਂ ਪਹਿਲੇ ਹੋ ਚੱਲਾ ਜੀ, ਕਿਉਂਕਿ ਹੁਣ ਅਸੀਂ ਉੱਥੇ ਜਾ ਕੇ ਤਾਂ ਚਲੋ, ਹਾਂਜੀ ਹਾਂਜੀ, ਇਹੀ ਕੰਮ ਕਰ ਰਹੇ ਹਾਂ ਜਦੇ ਇੱਥੇ, ਅਤੇ ਹੁਣ ਕਿਉਂਕਿ ਹਸਾਏ ਦਾ ਨਾਂ ਨਹੀਂ ਹੁੰਦਾ, ਰਵਾਜ ਦਾ ਨਾਂ ਹੋਏਗਾ, ਮੈਂ ਤਾਂ ਪੁੱਛ ਰਿਹਾ। ਉਹ ਤਾਂ ਜ਼ਰੂਰੀ ਆ ਜੀ, ਉਹ ਤਾਂ ਪਹਿਲਾਂ ਲੋਕ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਆ, ਸਾਡੇ ਪਿੰਡ 'ਚ ਹੀ ਬਹੁਤ ਆ ਜੀ, ਬਾਹਰ ਅਸੀਂ ਕਿੱਥੇ ਜਾਣਾ, ਪਿੰਡ ਵਿੱਚ ਵੀ ਕਹਾਵਤ ਹੁੰਦੀ ਨਾ, ਆਪ ਉੱਠ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਦੇ। ਹਾਂਜੀ ਹਾਂਜੀ, ਕਿਉਂਕਿ ਇਹ ਲਾਸਟ ਟਾਈਮ ਬਹੁਤ ਵਾਰੀ ਇੱਦਾਂ ਹੋਇਆ, ਹੁਣ ਜਦੋਂ ਅਸੀਂ ਓਪਰੇਟ ਇਹਨੂੰ 4 ਵਜੇ ਤੋਂ ਕਰਦੇ ਹਾਂ, ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਜਿੰਨੇ ਵੀ ਹੋ ਸਕੇ, ਅਤੇ ਕਿਉਂਕਿ ਹੁਣ ਸਾਡੇ ਕੋਲ ਦਿਨ ਨੂੰ ਟਾਈਮ ਫਰੀ ਆ, ਅਸੀਂ ਜੇ ਕਿਤੇ 10 ਮਿੰਟ ਜਾ ਕੇ ਬਹਿ ਗਏ, ਕਿਤੇ ਫੋਟੋ ਖਿੱਚ ਲਈ ਆ, ਉਹ ਫੋਟੋ ਅਸੀਂ ਜੇ ਕਿਤੇ ਪਾ ਦਿੰਦੇ ਹਾਂ ਫੇਸਬੁੱਕ ਦੇ ਉੱਪਰ, ਸਾਰੇ ਲੋਕਾਂ ਦਾ ਧਿਆਨ ਉਸ ਚੀਜ਼ 'ਤੇ ਜਾਂਦਾ ਆ ਕਿ ਇਹ ਵਿਹਲੇ ਬੈਠੇ ਆ,
ਤੇ ਹੁਣ ਇਸ ਵਾਰੀ ਅਸੀਂ ਜਾਣਾ ਤੇ 10-12 ਦਿਨਾਂ ਦਾ ਕਰਕੇ ਜਾ ਕੇ ਆਉਣਾ ਜੀ। ਤੇ ਤੁਸੀਂ ਆਪਣਾ ਅਸਲਾ ਕੱਢ ਲਓ, ਅਸੀਂ ਜਦ ਤੱਕ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਦਿਖਾਉਣਾ ਵੀ ਹੈ। ਬਾਈ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਤੁਹਾਡਾ ਧੰਨਵਾਦ ਕਰਦਾ, ਅਸੀਂ ਵੀ ਤੁਹਾਡਾ ਕਰਦੇ ਹਾਂ ਕਿ ਲੋਕਾਂ ਤੱਕ ਤੁਸੀਂ ਸਾਡੇ ਹਾਂ ਵੀ ਸਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਹਾਂ ਵੀ ਆਵਾਜ਼ ਪਹੁੰਚਾਉਂਦੇ ਹਾਂ ਜੀ। ਹਾਂਜੀ, ਬਾਕੀ ਜੀ ਇੱਦਾਂ ਤੁਸੀਂ ਪੁੱਛਿਆ ਸੀਗਾ ਕਿ ਹਾਂ ਵੀ ਉੱਧਰ ਭੈਣਾਂ ਆਉਂਦੀਆਂ, ਹੁਣ ਭਾਅ ਜੀ ਆਪਾਂ ਜਾਂਦੇ ਹਾਂ ਉੱਥੇ ਇੱਕ ਪਰਿਵਾਰ ਬੈਠਾ ਜੀ, ਇੱਕ ਪਰਿਵਾਰ ਇੱਕ ਦੂਜੇ ਨਾਲ ਮਿਲਦਾ ਆ, ਹਾਂ ਵੀ ਇਸ ਕਰਕੇ ਹਾਂ ਵੀ ਸਾਰੇ ਇੱਕ ਦੂਜੇ ਨਾਲ ਸੁਣਦੇ ਆ। ਕਿਉਂਕਿ ਆਵਾਜ਼ ਦੀ ਦਿੱਕਤ ਆਉਣੀ ਆ, ਮੈਂ ਤਾਂ ਕਹਿ ਰਿਹਾ ਬੜੀ ਅੱਛੀ ਗੱਲ ਹੋਈ ਸੀ ਤੁਸੀਂ ਜੇ ਕਰ ਰਹੇ ਸੀਗੇ ਕਿ ਅਨੇਕਤਾ ਵਿੱਚ ਏਕਤਾ ਤਾਂ ਦੇਖੀ ਔਰ ਭੈਣਾਂ ਭਰਾਵਾਂ ਦਾ ਪਿਆਰ ਵੀ ਦੇਖਣ ਨੂੰ ਮਿਲ ਰਿਹਾ, ਦੇਖਣ ਨੂੰ ਮਿਲਿਆ ਵਾ ਜੀ। ਹਾਂ ਵੀ ਇੱਦਾਂ ਆ ਆਪਾਂ ਇੱਕ ਘਰ ਦੇ ਵਿੱਚੋਂ ਨਿਕਲ ਕੇ ਹੁਣ ਬਾਹਰ ਆਏ ਹਾਂ, ਹੁਣ ਆਪਣੇ ਭਾਈ ਜਿੰਨੇ ਵੀ ਸੀਗੇ ਮਾਝਾ ਮਾਲਵਾ ਦੁਆਬਾ ਸਾਰੇ ਇਕੱਠੇ ਹੋਏ ਆ, ਸਾਰੇ ਇਕੱਠੇ ਹੋ ਕੇ ਹੁਣ ਏਕਤਾ ਦਾ ਸਾਰਿਆਂ ਦਾ ਪਤਾ ਲੱਗਾ, ਜਿੱਥੇ ਪੰਜਾਬੀਆਂ ਨੂੰ ਕਹਿੰਦੇ ਸੀਗੇ ਕਿ ਨਸ਼ੇ ਦੇ ਖਾਧੇ ਹੋਏ ਆ, ਅੱਜ ਪਤਾ ਲੱਗਦਾ ਕਿ ਹਾਂ ਵੀ ਜਵਾਨੀ ਜਿਹੜੀ ਆ ਉਹ ਕਿੰਨਾ ਉਤਸ਼ਾਹ ਆ ਜਵਾਨੀ ਦੇ ਵਿੱਚ, ਸਾਰੇ ਅੱਗੇ ਵੱਧ ਕੇ ਹਾਂ ਵੀ ਆਪਣਾ ਦੁਆਬਾ ਏਰੀਆ ਹੋ ਗਿਆ, ਕਿਸੇ ਪਾਸਿਓਂ ਵੀ ਨੌਜਵਾਨ ਪਿੱਛੇ ਨਹੀਂ ਹਟਦਾ, ਹਰੇਕ ਨੌਜਵਾਨ ਹਾਂ ਵੀ ਆਪਣਾ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਖੜ੍ਹਾ ਆ, ਹੁਣ ਸਾਰੇ ਇੱਕ ਤਰ੍ਹਾਂ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਹਾਂ ਵੀ ਸਾਰੇ ਸਿਪਾਹੀ ਆ ਜੀ, ਕਿ ਹਾਂ ਵੀ ਜਿਹੜਾ ਵੀ ਜਾ ਰਿਹਾ ਆ, ਹੁਣ ਇਹ ਤਾਂ ਕਿਸੇ ਨੂੰ ਕੁਛ ਨਹੀਂ ਪਤਾ ਕਿ ਹਾਂ ਵੀ ਕੱਲ੍ਹ ਨੂੰ ਕੀ ਹੋਣਾ ਸਾਡੇ ਨਾਲ, ਚੱਕਰ ਇਹ ਆ ਕਿ ਹਾਂ ਵੀ ਹਰ ਕੋਈ ਜਾਂਦਾ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਲੈ ਕੇ ਜਾਂਦਾ ਹੈ ਜੀ, ਕਿ ਹਾਂ ਵੀ ਪਰ ਆਪਣੇ ਹੱਕਾਂ ਲਈ ਚੱਲੇ ਹਾਂ, ਆਪਣੇ ਹੱਕ ਲੈ ਕੇ ਮੁੜਾਂ, ਫਸਲਾਂ ਲਈ ਚੱਲੇ ਹਾਂ, ਫਸਲਾਂ ਲਈ ਚੱਲੇ ਹਾਂ, ਆਉਣ ਵਾਲੀਆਂ ਨਸਲਾਂ ਲਈ ਵੀ ਚੱਲੇ, ਨਸਲਾਂ ਲਈ ਚੱਲੇ ਹਾਂ ਅਤੇ ਫਸਲਾਂ ਲਈ ਚੱਲੇ ਹਾਂ ਅਤੇ ਆਪਣੇ ਹੱਕ ਲੈ ਕੇ ਆਵਾਂਗੇ ਜੀ। ਚਲੋ ਇੱਕ ਉੱਧਰ ਵੀ ਵਿਊ ਦਿਖਾ ਦਿੰਦੇ ਹਾਂ, ਬਹੁਤ ਅੱਛੇ ਵਿਚਾਰ ਨੇ ਬਾਈ ਜੀ ਦੇ। ਇੱਕ ਵੀਰ ਮੇਰਾ ਖਿਆਲ ਦੂਜੇ ਪਾਸੇ ਚਲਾ ਗਿਆ, ਅਤੇ ਮੈਂ ਇੱਕ ਵਾਰੀ ਕਲੀਅਰ ਕਰ ਦੇਵਾਂ, ਇਹ ਅਥਰੂ ਗੈਸ ਦੇ ਗੋਲੇ ਸਿੱਟਣ ਨਹੀਂ ਚੱਲੇ, ਸਿਰਫ ਫੋਗਿੰਗ ਕਰਨ ਚੱਲੇ ਨੇ ਬਾਈ ਜੀ। ਆਵਾਜ਼ ਇਹਦੀ ਇੱਦਾਂ ਹੀ ਰਹਿੰਦੀ ਹੈ, ਸਿੰਪਲ ਹੀ ਆ ਜੀ, ਇਹਦਾ ਕੋਈ ਹਾਰਨ ਨਹੀਂ ਹੈਗਾ, ਕੁਛ ਨਹੀਂ ਹੈਗਾ, ਬਸ ਆਹੀ ਚੀਜ਼ ਅਸੀਂ ਕਰਨੀ ਹੁੰਦੀ ਉੱਥੇ, ਮੱਛਰ ਦਾ ਇਹੀ ਸਾਰਿਆਂ ਨਾਲ ਵਧੀਆ ਇਲਾਜ ਹੈ ਜੀ। ਤੁਹਾਡੀ ਵਿੱਚ ਬੋਡੀ ਬਿਲਡਿੰਗ ਵੀ ਹੋ ਜਾਂਦੀ? ਹਾਂਜੀ ਹਾਂਜੀ, ਦੋਨੇ ਕੰਮ ਹੋ ਜਾਂਦੇ ਇੱਕ ਟਾਈਮ 'ਤੇ, ਇਸੇ ਕਰਕੇ ਲਾਸਟ ਟਾਈਮ ਬਥੇਰੀ ਕਰ ਜਾਂਦੀ, ਹੁਣ ਇਸ ਟਾਈਮ ਜਿਹੜਾ ਸਾਈਕਲ ਦੇ ਉੱਪਰ ਲੱਗੇ ਕਰਨ। ਮੈਨੂੰ ਤੁਸੀਂ ਬੰਦ ਕਰ ਲਓ ਜੀ, ਮੈਂ ਇੱਕ ਵਾਰੀ ਸ਼ੇਰਗਿੱਲ ਸਾਹਿਬ ਨੂੰ ਫਿਰ ਤੋਂ ਤੁਹਾਡੇ ਰੂਬਰੂ ਕਰਨਾ ਚਾਹਾਂਗਾ। ਇਹਨਾਂ ਨੇ ਵਿੱਚ ਗੱਲ ਕੀਤੀ ਸੀ ਕਿ ਲੱਤਾਂ ਖਿੱਚਣ ਵਾਲੇ, ਪਰ ਮੈਂ ਖੁਦ ਉਹਨਾਂ ਨੂੰ ਬੇਨਤੀ ਅਤੇ ਅਪੀਲ ਕਰਨੀ ਚਾਹੁੰਦਾ ਜੀ ਕਿ ਸਾਡੇ ਯੋਧੇ ਨੇ, ਇਹ ਮੌਕਾ ਕਿ ਅਸੀਂ ਜਿਹੜੀਆਂ ਪੁਰਾਣੀਆਂ ਰੰਜਿਸ਼ਾਂ ਜਾਂ ਇੱਕ ਦੂਜੇ ਨੂੰ ਟਿੱਪਣੀਆਂ ਕਰਦੇ ਉਹਨਾਂ ਨੂੰ ਭੁੱਲ ਕੇ ਇੱਕਜੁੱਟਤਾ ਹੋਈ, ਇੱਕਜੁੱਟਤਾ ਦਾ ਮੈਸੇਜ ਦਈਏ, ਕਿਉਂਕਿ ਉੱਥੇ ਜਦੋਂ ਤੁਸੀਂ ਜਾਂਦੇ ਹਾਂ ਨਾ ਸਾਰੇ ਧਰਮ ਇਕੱਠੇ ਨੇ, ਪੂਰਾ ਭਾਰਤ ਇਕੱਠਾ ਹੈ, ਹੁਣ ਵੇਲਾ ਹੈ ਕਿ ਅਸੀਂ ਜਿਹੜੇ ਨੌਜਵਾਨ ਯੋਧੇ ਜਾਂਦੇ ਨੇ, ਕਿਉਂਕਿ ਇੱਕ ਮਿੰਟ ਕੱਢਣਾ ਵੀ ਬੜਾ ਔਖਾ ਹੈ, ਇੱਕ ਰੁਪਈਆ ਖਰਚਣਾ ਵੀ ਬੜਾ ਔਖਾ ਹੈ, ਅਤੇ ਅਗਰ ਆਪਣਾ ਸਮਾਂ ਦਿੰਦੇ ਨੇ ਆਪਣਾ, ਚਲੋ ਪੈਸਾ ਤਾਂ ਆਪਾਂ ਨਹੀਂ ਉਹਦਾ ਜ਼ਿਕਰ ਕਰਨਾ ਚਾਹੁੰਦੇ, ਲੇਕਿਨ ਆਪਣੀ ਜਾਨ ਤਲੀ 'ਤੇ ਧਰ ਕੇ ਚੱਲੇ ਤਾਂ ਇਹਨਾਂ ਦੀ ਸ਼ਲਾਘਾ ਜ਼ਰੂਰ ਬਣਦੀ ਨੇ, ਕਿਉਂਕਿ ਫੋਗ ਰਸਤੇ ਵਿੱਚ ਵੀ ਬੜੀ ਹੈ, ਕਿਤੇ ਨਾ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਏ, ਵੀ ਡਰ ਲੱਗਿਆ ਰਹਿੰਦਾ, ਰੈਦਰ ਤਾਂ ਅਸੀਂ ਲੱਤਾਂ ਖਿੱਚੀ, ਇਹਨਾਂ ਦੀ ਸਲਾਮਤੀ ਦੀ ਦੁਆ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਇੱਕ ਮੈਂ ਇੱਥੇ ਹੋਰ ਗੱਲ ਸੂਰੀ ਸਾਹਿਬ ਦੱਸਣਾ ਚਾਹੁੰਦਾ ਜੀ, ਸਾਡੇ ਪਿੰਡ ਤੋਂ ਜਿੰਨੇ ਵੀ NRI ਵੀਰ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਜੀ, ਭਾਵੇਂ ਉਹ ਸ਼ਾਹਕੋਟ ਮਰਸੀਆਂ ਦਾ ਹੜ੍ਹ ਹੋਵੇ, ਤੁਸੀਂ ਜਾਣਦੇ ਹੋਵੋਗੇ ਪਿੱਛੇ ਜੇ ਜਦੋਂ ਸ਼ਾਹਕੋਟ ਮਰਸੀਆਂ ਦੇ ਵਿੱਚ ਹੜ੍ਹ ਪੀੜਤ ਆਏ ਸੀਗੇ, ਹੜ੍ਹ ਪੀੜਤ ਉੱਥੇ ਬਹੁਤ ਲੋਕ ਹੋ ਗਏ ਸੀ, ਬਹੁਤ ਹੜ੍ਹ ਆਏ ਸੀਗੇ, ਉਸ ਟਾਈਮ ਵੀ ਸਾਨੂੰ NRI ਵੀਰਾਂ ਨੇ 5-6 ਲੱਖ ਰੁਪਈਆ ਭੇਜਿਆ ਸੀ, ਜਿਹੜੀ ਕਿ ਅਸੀਂ ਸੇਵਾ ਉੱਥੇ ਜਾ ਕੇ ਕੀਤੀ, ਉਹਨਾਂ ਨੂੰ ਰਾਸ਼ਨ ਦਿੱਤਾ, ਉਸ ਟਾਈਮ ਵੀ ਅਸੀਂ ਸਾਰੀ ਯੂਥ ਟੀਮ ਜਿਹੜੀ ਝਿੰਗੜਾਂ ਦੀ ਆ ਉਹ ਜਾ ਕੇ ਉੱਥੇ ਸੇਵਾ ਕਰਦੀ ਰਹੀ ਆ, ਕਿਉਂਕਿ ਉੱਥੇ ਉਸ ਟਾਈਮ ਵੀ ਪਾਣੀ ਦੇ ਹੜ੍ਹ ਆਉਣ ਦੇ ਨਾਲ ਨਾ ਮੱਛਰ ਬਹੁਤ ਕ੍ਰੀਏਟ ਹੋ ਗਿਆ ਸੀ, ਮੱਛਰ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਜਿਹੜੀਆਂ ਖਤਰਨਾਕ ਉਹ ਫੈਲਣ ਦਾ ਬਹੁਤ ਖਤਰਾ ਸੀ, ਅਸੀਂ ਉੱਥੇ ਜਾ ਕੇ ਵੀ ਜਿਹੜੀ ਆ ਸੇਵਾ ਕਰਦੇ ਰਹੇ ਹਾਂ, ਭਾਵੇਂ ਉਹ ਲੋਕਡਾਊਨ ਦਾ ਆਪਾਂ ਕਰੋਨਾ ਵਾਇਰਸ ਦਾ ਟਾਈਮ ਹੋਵੇ, ਲੋਕਡਾਊਨ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 15-16 ਲੱਖ ਰੁਪਏ ਦਾ ਜਿਹੜਾ ਰਾਸ਼ਨ ਆ ਅਸੀਂ ਪਿੰਡ ਅਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਦਿੱਤਾ, ਇਹ ਸਾਰੀ ਜਿਹੜੀ ਬਦੌਲਤ ਆਪਣੇ NRI ਵੀਰਾਂ ਦੀ ਬਦੌਲਤ ਦਿੱਤਾ, ਜੋ ਸਾਡੇ ਪਿੰਡ ਵਾਸੀ ਸਾਡੇ 'ਤੇ ਮਾਣ ਕਰਦੇ ਆ, ਕਿਉਂਕਿ ਅਸੀਂ ਤਾਂ ਇੱਕ ਜ਼ਰੀਆ ਬਣਦੇ ਹਾਂ, ਅਸੀਂ ਇੱਕ ਜ਼ਰੀਆ ਬਣਦੇ ਹਾਂ, ਜਿਹੜੇ NRI ਵੀਰ ਆ ਉਹਨਾਂ ਦੇ ਸਿਰ 'ਤੇ ਅਸੀਂ ਜਿਹੜਾ ਉਹਨਾਂ ਦੀ ਸਪੋਰਟ ਦੇ ਨਾਲ ਹੀ ਅਸੀਂ ਉੱਥੇ ਦਿੱਲੀ ਜਾਂਦੇ ਹਾਂ, ਉਹਨਾਂ ਦੀ ਹੱਲਾਸ਼ੇਰੀ ਦੇ ਨਾਲ ਹੀ ਜਿਹੜਾ ਸਾਡੀ ਯੂਥ ਟੀਮ ਬਣੀ ਆ ਸੇਵਾ ਕਰਨ ਵਿੱਚ ਵੱਧ ਤੋਂ ਵੱਧ ਅੱਗੇ ਆਉਂਦੇ ਹਾਂ। ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਸਾਨੂੰ NRI ਵੀਰਾਂ ਦਾ ਹੋਰ ਇੱਕ ਕਾਲ ਆਈ ਸੀ, ਉਹਨਾਂ ਨੇ ਕਿਹਾ ਵੀ ਅਸੀਂ ਕੰਬਲਾਂ ਦੀ ਸੇਵਾ ਵੀ ਕਰਨੀ ਚਾਹੁੰਦੇ ਹਾਂ, ਹੁਣ ਅਸੀਂ ਇਸ ਤੋਂ ਬਾਅਦ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਲੁਧਿਆਣੇ ਹੋ ਕੇ ਕੰਬਲ ਸਿਫਟ ਕਰਕੇ ਉਹਨਾਂ ਨੂੰ ਸਾਰਾ ਉਹਨਾਂ ਦਾ ਬਣਾ ਕੇ ਜਿਹੜਾ ਆ ਫਿਰ ਅਸੀਂ ਉੱਥੇ ਨੂੰ ਦਿੱਲੀ ਜਾਣਾ, ਕੰਬਲਾਂ ਦੀ ਸੇਵਾ, ਲੋਈਆਂ ਦੀ, ਮਫਲਰ ਦੀ, ਕਿਉਂਕਿ ਹੁਣ ਇਹੋ ਜਿਹੀਆਂ ਚੀਜ਼ਾਂ ਦੀ ਬਹੁਤ ਉੱਥੇ ਲੋੜ ਆ, ਠੰਡ ਦਾ ਮੌਸਮ ਆ ਰਿਹਾ ਹੁਣ, ਕੜਾਕੇ ਦੀ ਠੰਡ ਹੈ, ਦਸੰਬਰ ਤਾਂ ਜੀ ਤੁਸੀਂ ਦੇਖੋ ਐਨ ਪੂਰਾ ਧੁੰਦ ਵਾਲਾ ਹੀ ਹੋਣਾ, ਪੂਰਾ ਕੋਰਾ ਪੈਣਾ, ਮੂਹਰੇ ਜਨਵਰੀ 'ਚ ਵੀ ਇਹੀ ਹਾਲ ਹੋਣਾ, ਉਹਦੇ ਕਰਕੇ ਸਾਡੇ NRI ਵੀਰਾਂ ਨੇ ਹੁਣ ਬਹੁਤ ਹੱਲਾ ਮਾਰਿਆ, ਉਹ ਕਹਿੰਦੇ ਵੀ ਆਪਾਂ ਕੰਬਲਾਂ ਦੀ, ਲੋਈਆਂ ਦੀ, ਮਫਲਰ ਦੀ ਅਤੇ ਟੈਂਟਾਂ ਦੀ ਜਿਹੜੀ ਸੇਵਾ ਉਹ ਆਪਾਂ
इन्हों ने एन आर आई वीरां का नाम लिया, इस करके शेयर भी अज एन आर आई वीरां नूं डेडीकेट करके ही बोलिया, नवांशहर के पंजाब के भारत के यूथ नूं डेडीकेट करके ही बोलिया, क्योंकि उड़ता पंजाब तो फिल्मों वाले कहिंदे ने, असीं तां खिड़िया गुलाब कहिंदे आ, इह देख लो चेहरे किन्ने खिड़े ने, और उत्साह बहुत है कि जाना अपना योगदान पाउणा। जांदे जांदे जिहड़े हले भी नहीं जा सके उन्हां नूं कोई मैसेज देना चाहो तां? जिहड़े वीर हले भी घरां विच बैठे आ, मैं तां उहनां नूं इही बेनती करना चाहुंदा कि वीरो इह जिहड़ी लड़ाई आ अपनी कल्यां दी नहीं हैगी, इह सारे दी आ, दुकानदारां दी, मजदूरां दी, जिन्हें भी अपने होर आढ़ती वीरां दी, सारिआं दी इकट्ठी लड़ाई आ। जेकर ये किसान बिल जिहड़े लागू हो गए, इहदे नाल अपने कल्ले किसान नूं नुकसान नहीं, मजदूरां नूं, दुकानदारां नूं, आढ़तीआं नूं, सारिआं नूं नुकसान आ। ते आपां नूं हुण इही चाहीदा भई जिहड़ा वीर भी नहीं गिआ, इक वार अपनी हाजरी जरूर दिल्ली ला के आओ, भावें दो दिन बाद वापस आ जाओ, पर उत्थे जरूर अपनी हाजरी आ। ये इतिहास विच लिखिआ जाणा जिहड़ा ये धरना लगा हो, क्योंकि इहो जिहा धरना ना तां कदे अग्गे लगा ते ना अग्गे कदे मेरे हिसाब नाल लगना है। गिनीज़ वर्ल्ड रिकॉर्ड भी सोच रहे, बिल्कुल बिल्कुल जी, रिकॉर्ड दे विच दर्ज होगा। मैं तां ही बेनती करना चाहुंदा ते सारे जणे आपो अपनी जिहड़ी हाजरी है यकीनन अपनी उत्थे बना के आउण ते अपना जिहड़ा बणदा योगदान जरूर पा के आउण। तुसीं व्यापारियां दी गल कीती, वीडियो पर रैप अप करन तों पहले इक चीज़ दसणा चाहुंदा कि इहदी कहिंदे 80 लख दी सेल सी इक दिन दी, उह डिवर्ट हो के गई कित्थे आ? ਜਿਹੜੇ ਵਪਾਰੀ ਆ ਨਵੇਂ ਸ਼ਹਿਰ ਦੇ ਛੋਟੇ ਦੁਕਾਨਦਾਰ ਆ ਉਹਨਾਂ ਕੋਲੇ ਗਈ ਨਾ, ਤਾਂ ਇਹ ਚੀਜ਼ ਸਮਝਣੀ ਚਾਹੀਦੀ ਆ, ਸਮਝਣੀ ਚਾਹੀਦੀ। ਉਹੀ ਤਾਂ ਮੈਂ ਕਹਿੰਦਾ ਜੀ, ਇਹ ਜਿਹੜੀ ਲੜਾਈ ਆਪਣੀ ਕੱਲਿਆਂ ਦੀ ਨਹੀਂ ਹੈ। ਕਈ ਲੋਕ ਸੋਚਦੇ ਆ ਚਲੋ ਆਪਣੇ ਦਾਦੇ ਗਏ ਆ, ਆਪਣਾ ਯੂਥ ਇੱਥੋਂ ਗਿਆ, ਕਿਸਾਨ ਭਰਾ ਗਏ ਆ, ਆਪਾਂ ਇੱਥੇ ਬੈਠੇ ਰਹਿ ਜਾਈਏ, ਪਰ ਨਹੀਂ, ਇਹ ਆਪਣੇ ਬੈਠੇ ਰਹਿਣ ਦੇ ਨਾਲ ਆਪਣਾ ਸਾਰਿਆਂ ਦਾ ਨੁਕਸਾਨ ਹੋਣਾ, ਹੋਣਾ 2 ਸਾਲਾਂ ਦੇ ਵਿੱਚ ਹੈ ਜੇ ਇਹ ਲਾਗੂ ਹੋ ਗਿਆ, ਇਹ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਣਾ ਵੀ ਇਹਦਾ ਆਪਾਂ ਨੂੰ ਨੁਕਸਾਨ ਹੋ ਕਿੰਨਾ ਗਿਆ ਜੀ। ਬਿਲਕੁਲ 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 ਜੀ, ਉਹ ਨੁਕਸਾਨ ਪੂਰਾ ਆਪਾਂ ਨੂੰ ਹੋਣਾ, ਤਾਂ ਹੀ ਕਹਿੰਦਾ ਵੀ ਸਾਰੇ ਜਣੇ ਆਪਣੀ ਜਿਹੜੀ ਹਾਜ਼ਰੀ ਯਕੀਨਨ ਬਣਾ ਕੇ ਆਉਣ, ਜਿੰਨਾ ਬਣਦਾ ਯੋਗਦਾਨ ਆਪਣਾ ਜ਼ਰੂਰ ਪਾਉਣ ਜੀ। ਮੈਂ ਜੀਓ ਦੀ ਤਾਂ ਨੁਕਸਾਨ ਦੀ ਗੱਲ ਕੀਤੀ ਆ, ਜਿੱਥੇ ਕਿਤੇ ਧਰਨਾ ਹੁੰਦਾ ਉੱਥੇ ਜੈਮਰ ਲੱਗ ਜਾਂਦੇ, ਨੈੱਟ ਕਦੀ ਚੱਲਦਾ ਹੀ ਨਹੀਂ। ਮੈਂ ਇਹ ਗੱਲ ਤਾਂ ਕੀਤੀ ਆ, ਆਪਾਂ ਇੱਕ ਵਾਰੀ ਚੱਲਦੇ ਚੱਲਦੇ ਗੱਡੀ ਵੀ ਦਿਖਾ ਦਿੰਦੇ, ਕਿਹੜੀ ਗੱਡੀਆਂ ਚੱਲੇ ਨੇ ਵੀਰ ਜੀ। ਬਾਈ ਜੀ ਅਸਲਾ ਜ਼ਰੂਰ ਚੱਕ ਲਓ, ਔਰ ਉਹਨੂੰ ਕਿਵੇਂ ਤੁਸੀਂ ਪਹਿਲਾਂ ਫਿੱਟ ਕੀਤਾ ਸੀ ਦਿਖਾ ਦਿਓ ਅਸਲਾ। ਮੈਂ ਤਾਂ ਕਹਿ ਰਿਹਾ ਕਿਉਂਕਿ ਇਹਦੇ ਨਾਲ ਕਿਤੇ ਡੇਂਗੂ ਨਾ ਫੈਲ ਜਾਵੇ, ਜਿਹੜੇ ਉੱਥੇ ਮੱਛਰ ਬਹੁਤ ਹੋ ਰਹੇ ਨੇ ਉਹ ਸੇਵਾ ਨਿਭਾਉਣ ਜਾ ਰਹੇ ਨੇ। ਫਿਰ ਤੋਂ ਕਹਿ ਰਿਹਾ ਅਥਰੂ ਗੈਸ ਨਹੀਂ ਛੱਡਣਾ, ਸਿਰਫ ਆਪਣੇ ਨੌਜਵਾਨ ਵੀਰ ਜਿਹੜੇ ਬਜ਼ੁਰਗ ਸਾਡਾ ਭਾਰਤ ਉੱਥੇ ਬੈਠੇ ਹੁੰਦੇ, ਟੇਕ ਕੇਅਰ ਕਰਨੀ ਹੈ। ਗੱਡੀ ਸ਼ਿੰਗਾਰੀ ਹੈ, ਨਾਲ ਦਿਲ ਵੀ ਸ਼ਿੰਗਾਰਿਆ ਹੋਇਆ, ਇਹ ਵੱਡੀ ਗੱਲ ਹੈ। ਸੋ ਇਹ ਗੱਡੀ ਚੱਲੀ, ਇੱਕ ਦੂਜੀ ਗੱਡੀ ਚੱਲੀ, ਇਹਨਾਂ ਨੇ ਪਹਿਲਾਂ ਲੁਧਿਆਣੇ ਜਾਣਾ, ਕੰਬਲਾਂ ਦਾ ਆਰਡਰ ਦੇਣਾ, ਔਰ ਜਿੰਨੀ ਵੀ ਸੇਵਾ ਨਿਭਾ ਸਕਦੇ ਨੇ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਹੈ। ਸੋ ਮੈਂ ਇਹਨਾਂ ਵੀਰਾਂ ਦੀ ਸਲਾਮਤੀ ਦੀ ਕਾਮਨਾ ਕਰਦਾ, ਔਰ ਇਹੀ ਬੇਨਤੀ ਆ ਕਿ ਜਾਈਓ ਸਲੋ ਸਲੋ। ਹਾਂਜੀ ਹਾਂਜੀ, ਇਹ ਸਾਡਾ ਚੌਥਾ ਜਥਾ ਜੀ, ਇਹੀ ਹੁਣ ਪਹਿਲਾਂ ਤਾਂ ਚਲੋ ਹੁੰਦਾ ਫਿਰ ਤਾਂ ਮੰਨ ਲੈਂਦੇ, ਹਰ ਇੱਕ ਵਾਰ ਅਸੀਂ ਬੜਾ ਆਪਣਾ ਪ੍ਰਿਕੋਸ਼ਨ ਰੱਖ ਕੇ ਜਾਂਦੇ ਹਾਂ, ਬਿਲਕੁਲ ਸਲੋ ਸਪੀਡ 'ਤੇ ਜਾਂਦੇ ਹਾਂ, ਕਿਉਂਕਿ ਸ਼ਾਮ ਨੂੰ ਧੁੰਦ ਪੈਣ ਦਾ ਵੀ ਖਤਰਾ ਹੁੰਦਾ ਨਾ, ਤਾਂ ਹੀ ਅਸੀਂ ਟਾਈਮ ਨਾਲ ਪਹਿਲੇ ਪਹਿਲੇ ਨਿਕਲ ਕੇ ਜਿਹੜਾ, ਤਾਂ ਜੋ ਆਪਾਂ ਦਿੱਲੀ ਆਪਣੇ ਟਾਰਗੇਟ 'ਤੇ ਪਹੁੰਚ ਸਕੀਏ ਜੀ। ਹਾਂਜੀ, ਚਲੋ ਸਾਰਿਆਂ ਦੀ ਬਹੁਤ ਤਾਰੀਫ ਬਣਦੀ ਹੈ, ਔਰ ਤੁਸੀਂ ਚੱਲਿਓ ਪਰ ਦਿਲ ਸਾਡਾ ਤੁਹਾਡੇ ਨਾਲ ਚੱਲਿਆ। ਸੋ ਇਹਨਾਂ ਸ਼ਬਦਾਂ ਨਾਲ ਅਸੀਂ ਇਜਾਜ਼ਤ ਲਵਾਂਗੇ, ਔਰ ਇਹਨਾਂ ਦੀ ਸਲਾਮਤੀ ਦੀ ਦੁਆ ਕਰਾਂਗੇ। ਜਿਹੜੇ ਘਰ ਬੈਠੇ ਨੇ, ਬੇਨਤੀ ਇੰਨੀ ਹੈ ਕਿ ਇਹਨਾਂ ਦੀ ਸਲਾਮਤੀ ਜ਼ਰੂਰ ਦੁਆ ਕਰੋ, ਔਰ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀ ਸਲਾਮਤੀ ਵੀ ਅਸੀਂ ਕਾਮਨਾ ਕਰੀਏ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਸਮਾਰਟ ਸੁਪਰ ਸਟੋਰ ਦੇ ਸਾਹਮਣੇ ਉਹਦੇ ਇਜਾਜ਼ਤ, ਰੱਬ ਰਾਖਾ।